असलम की हाल चाल ठीक ठाक। मैं अपना राणा अबूबकर राणा ब्लॉग 007 अपना चैनल सारे वीर नवे जे आ रहे हैं सबसक्राइब कर अपने वीर ते बेल आइकन जरूर करन। ते अज आ वीर धोते लत्थी को टाइम हो गया 6:47 हो गए वीडियो बन रही है तो भाई रिपीटर चला आए हैं कनक सारी पानी लाना है अबू होना आखिया जा रिपीटर चलाते। मैं आख्या मैं बदल शदल बड़ा होया तो पर मने कोई नहीं तो बाकी अगो यार उन्होंने मर्जी दोस्तों है ना पानी छड़ जाता है पीटर तो डोरी देन लगे हाँ डोरी तो दे छी तो हूँ नट कसली बार बार यार पानी छड़ जाए ना फिर बड़ी मुसीबत बनती है। हमेशा जो भी नट कसो ना बराबर दे कसो पहले मतलब के बराबर होने चाहिए लाजमी चंकी तरह टायर इस तो करीदा के बाद का वेखे होना कि आम पीटर जो पानी छड़ जाते हैं मालक कुत्ते नहीं होंगे तुम पता है अक्सर इन्ना टाइम नहीं होंगे कि बंदा पीटर के उत्ते बह के पियाए इस वास्ते डोरी तो कस कती है हूँ तेल शेल पाइए बिच सब तो पहले तो मोबलैल चेक करने है भी कोई ना मोबलैल तो कौन होना अं तो भरा कल ही पाई दा वेख सकते है वेख देख सकते हूँ चेक कर दिया चेक करो घट है मोबलैल पाने थोड़ा जहा पाए ट्रैक्टर चु कड़िया मोबलैल तो बड़िया ने यही पा दे मैं चलो ये पा देने बहुता नहीं पाना चाहिए मोबलैल बस पूरा ही करना चाहिए क्योंकि बहुता पाइए तो फिर बाहर कट दे पीटर
ਸਲੰਸਰ ਦਿਖਾਉਣ ਦੀ ਚੈੱਕ ਕਰ ਸਕਦੇ ਹੋ ਗਿਆ ਪੂਰਾ ਉਸ ਤੋਂ ਬਾਅਦ ਪਾਇਨੇ ਦਾ ਠੰਡੀ ਠੰਡੇ ਤੁਹਾਨੂੰ ਪਤਾ ਅੱਗ ਲਾਉਣੀ ਪੈਂਦੀ ਹਾਂ ਪਿਆਰੇ ਪੀਟਰਾਂ ਦੀ ਇਹ ਬਸ ਗੁਜ਼ਾਰਾ ਹੀ ਅੱਗੋਂ ਉਹਦੀ ਮੋਟਰ ਲਵਾ ਲੈਣੀ ਟੈਂਕੀ ਵਿੱਚ ਤੇਲ ਰੱਖੀਦਾ ਨਹੀਂ ਕਿਉਂਕਿ ਇੱਥੇ ਚੌੜਾਂ ਦਾ ਇਲਾਕਾ ਹੈ ਲੋਕ ਕੱਢ ਕੁੱਢ ਕੇ ਲੈ ਜਾਂਦੇ ਨੇ ਇਸ ਵਾਸਤੇ استغفر الله الذي لا اله الا هو الرحمن الرحيم المالك القدوس السلام المهيمن لو پائن ڈیزل ہی پان لگے ہیں 4 کلو لیٹر کار پیا ہے تے بھرے اندے اے لایا تے باقی میں چلا شہر تے لے آواں گا باقی تیل میں چلو اتنا پا چلانے ہیں ٹائم نال ਫਿਰ ਤੁਹਾਨੂੰ ਪਤਾ ਹਨੇਰਾ ਪੈ ਗਿਆ ਤਾਂ ਫਿਰ ਬੰਦਾ ਹਨੇਰੇ 'ਚ ਕਿੱਧਰ ਕਿੱਧਰ ਜ਼ਰੀਲ ਹੋਏ 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 ਟਾਕੀ ਤਾਂ ਗਿੱਲੀ ਕੀਤੀ ਨਹੀਂ ਚਲੋ ਫਿਰ ਉਹ 'ਚ ਪਾ ਲੈਂਦੇ ਹਾਂ ਕਹਿੰਦਾ ਬਿਸਮਿਲ੍ਲਾ ਤੋਂ ਗੱਲ ਸ਼ੁਰੂ ਕਰਾਂ ਹਮਦ ਰੱਬ ਦੇ ਪਿਆਰ ਦੇ ਨਾਲ ਇਹਨੂੰ ਪਾਉਣਾ ਅਸੀਂ ਗਿੱਲੀ ਕਰਨ ਵਾਸਤੇ ਪਟਾਕੀ ਹੁਣ ਵਿੱਚ ਸੁੱਟਣੇ ਹਾਂ ਅੱਗ ਲਾਉਣੀ ਹੈ ਨਾ ਲੈਟਰ ਕਿੱਥੇ ਗਿਆ ਲੈਟਰ ਅੱਲਾਹੁਮਾ ਸੱਲੀ ਅਲਾ ਸੈਯਦਨਾ ਮੌਲਾਨਾ ਮੁਹੰਮਦਿਨ ਅੱਲਾਹੁਮਾ ਸੱਲੀ ਅਲਾ ਸੈਯਦਨਾ ਮੌਲਾਨਾ مولن اللہم صلی علی دوستو لو جی جھٹکا جگاڑ جے بڑے پیٹر ویکھ کے نہیں چل دے جڑے ٹھنڈے ہو جاندے نے سیال چ انہاں دا واسطے جگاڑ ٹاکی لاؤ تے اپنا بہت ہی بہترین کام ہے اس تو بعد پائیں ہوا کڈانی چابی 15 دی چابی پیندی ایتھے واہ واسطے ਇਹ ਦੋਸਤੋ ਚੈੱਕ ਕਰ ਸਕਦੇ ਹੋ ਇਹਨੂੰ ਮੈਂ ਅੱਗ ਲਾ ਦਿੱਤੀ ਮੈਂ ਗਰਮ ਸ਼ਰਮ ਹੋ ਤੂੰ ਤੇ ਬੁੱਢਾ ਬੰਦੇ ਫਿਰ ਤੁਹਾਨੂੰ ਪਤਾ ਹੀ ਇੰਜ ਹੀ ਹੁੰਦੇ ਨਾ ਜੀ ਘਰ ਪੁਰਾਣਾ ਪੀਟਰ ਅੱਲਾਹੁਮਾ ਸੱਲੀ ਅਲਾ ਸੈਯਦਨਾ ਮੁਹੰਮਦ ਇਹ ਵੇਖੋ ਪਾਣੀ ਦੀ ਗਾਰਡ ਲਾਇਆ ਵੇ ਇੱਥੋਂ ਨਾ ਥੱਲੇ ਚੂੜੀ ਮਰ ਗਈ ਸੀ ਇਹਦੀ ਪੰਪ ਦੀ ਅਤੇ ਆਹਾਂ ਇਹ ਇੱਕ ਲਿਆ ਕੇ ਵਿੱਚ ਪਾ ਕੇ ਉਸ ਤੋਂ ਬਾਅਦ ਆਹਾਂ ਫਿਰ ਕੱਸ ਛੜਿਆ ਨਹੀਂ ਤਾਂ ਪੰਪ ਸਾਰਾ ਬਦਲਣਾ ਪੈਣਾ ਸੀ ਤਕਰੀਬਨ ਬਹੁਤ ਮਹਿੰਗਾ ਆਉਂਦਾ ਇਸ ਵਾਸਤੇ ਅਸੀਂ ਬਦਲਿਆ ਕੋਈ ਨਹੀਂ ਅਤੇ ਪਾਣੀ ਨੂੰ ਇੰਝ ਹੀ ਅਸੀਂ ਕੰਮ 'ਚ ਚਲਾ ਚਲੂ ਲਿਆ ਉਸ ਤੋਂ ਬਾਅਦ ਇਸ ਤੋਂ ਬਾਅਦ ਟੱਕ ਰਹਿੰਦਾ ਲਾਈ ਲਓ ਯਾਰ ਮੈਂ ਨਾ ਵਾਹ ਕਢਾ ਲਾਂ ਅਤੇ ਫਿਰ ਇਹ ਗਿਆ ਲੈ ਚ ਉਸ ਤੋਂ ਜਿਹੜੇ ਬੰਦੇ ਦਾ ਪੀਟਰ ਨਾ ਨਾ ਚੱਲੇ ਮਤਲਬ ਕਿ ਠੰਡਾ ਹੋਏ ਤਾਂ ਚੱਲੇ ਨਾ ਸਿਆਲ 'ਚ ਅਕਸਰ ਪੀਟਰ ਪੈਰ ਨਹੀਂ ਚੱਲਦੇ ਉਹ ਅੱਗ ਲਾਏ ਇਹਦੇ ਵਿੱਚ ਜਾ ਕੇ ਬੂਮ ਦੇ ਵਿੱਚ ਅੱਗ ਲਾ ਕੇ ਟਸ ਇਹ ਜਿਹੜੀ ਉਤਾਂ ਚੁੱਕ ਕੇ ਅਤੇ ਭਾਵੇਂ ਰੇਸ ਫੁੱਲ ਪਿਛਾਂ ਕਰਕੇ 5-4 ਵਾਰੀ ਕਮਾਏ ਵੇਖੇ ਆਪ ਬੋਲੇਗਾ ਪੀਟਰ ਕਿ ਮੈਨੂੰ ਚਲਾਓ ਜਿਹੜੇ ਗੋਡੇ ਵੀ ਨਾ ਗਰਮ ਹੋ ਗਏ ਥੱਲੋਂ ਤੱਕ ਅਤੇ ਗੱਲ ਕਰਿਓ ਹੋ ਜੀ ਦੋਸਤੋ ਪੀਟਰ ਚੱਲ ਗਿਆ ਅਤੇ ਹੁਣ ਚੱਲਿਆ ਸੀ ਵਾਪਸੀ ਅਤੇ ਕਿਹਾ ਜਾਂਦਾ
ਇਹ ਬੰਦਾ ਲੈਣ ਆਇਆ ਸੀ ਮੈਨੂੰ ਰਾਣਾ ਸਾਹਿਬ ਨੇ ਰਾਣਾ ਸਾਧ ਸਾਹਿਬ ਠੰਡ ਲੱਗਣ ਲੱਗ ਪਈ ਅਸੀਂ ਕੰਪਿਊਟਰ ਚਲਾ ਕੇ ਆਏ ਆ ਸਵੇਰ ਦੇ ਜਲੀਲ ਹੋ ਕੇ ਮੰਮੀ ਡੈਡੀ ਬੱਚੇ ਜਿਹੜੇ ਆ ਨਾ ਉਹ ਵੇਖ ਲੋ ਇਹ ਇੱਕ ਫੇਰਾ ਲਾ ਲਾ ਨਾ ਬੰਨੇ ਦੇ ਉੱਤੇ ਤੇ ਇਹਨਾਂ ਵਾਸਤੇ ਬੜੀ ਗੱਲ ਹੁੰਦੀ ਹੈ ਮੌਤ ਕਹਿੰਦਾ ਪੈਂਦੀ ਵੇਖ ਲਓ ਫਿਰ ਆਹੋ ਸਹੀ ਗੱਲ ਹੈ ਸਹੀ ਗੱਲ ਹੈ ਆਹੋ ਵੇਖ ਲਾ ਫਿਰ ਬੜਾ ਤਾਬਿਆਦਾਰ ਬੰਦਾ ਅੱਲਾ ਦੇ ਬੰਦੇ ਆ ਮਾੜੇ ਲੋਕਾਂ ਦੇ ਵੀ ਬਾਥਰੂਮ ਨੇ ਬੰਨੇ ਬੁੰਨੇ ਵੀ ਆਹੋ ਚੱਲ ਢੇਰੀ ਤੈਨੂੰ ਕਟਾਉਂਦੇ ਆ ਆਪਾਂ ਕੋਈ ਦੂਸਰਾ ਪੀਟਰ ਚਲਾਉਣ ਜਾਣਾ ਚੱਲ ਕੇ ਚੋਰੀ ਸਾਹਿਬ ਚਾਹ ਪਿਆਉਣੀ ਆ ਚਾਹ ਦੀ ਨਾ ਟੈਨਸ਼ਨ ਲਿਆ ਕਰ ਲੋ ਜੀ ਬਾਦਸ਼ੋ ਇਹਨੂੰ ਆਉਂਦੇ ਤਾਵਨ ਬਾਦਸ਼ੋ ਜਨਤਾ ਤਾਵਨ ਪੂਰਾ ਕਰਦੀ ਹੈ ਪਰਤਾਓ ਜੀ ਇਹਨੂੰ ਆਹੋ ਇੱਥੇ ਚੋਰ ਭੈਣ ਦੇ ਆਹੋ ਠੰਡ ਛੰਡ ਜਮੀ ਚਲੋ 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 ਜੀ ਤੈਨੂੰ ਬਾਹਰ ਬਾੜ ਜਾਣ ਇਹ ਜੇ ਭਾਜੀ ਸਾਡੇ ਪਿੰਡ ਦੀ ਖੂਬਸੂਰਤੀ ਔਰ ਆਲੂਦਗੀ ਦੋਵੇਂ ਬਰਾਬਰ ਔਰ ਠੰਡ ਵੀ ਮੰਮੀ ਡੈਡੀ ਲੋਕ ਜਿਹੜੇ ਨੇ ਨਾ ਸਕੂਨਾ ਘਰ ਪੈਣ ਰੱਬ ਚ ਨਾ ਪੈਣ ਮੈਂ ਜੀਰੀ ਚਲਾ ਲੈ ਕੇ ਆਹੋ ਉਹ ਵੇਖੋ ਚਾਚਾ ਪੱਠੇ ਕਰਨ ਡਿਆ ਹਾਏ ਲੈ ਜੀ ਠੰਡ ਦੇ ਵਿੱਚ ਹੈ ਜਾਂਦੇ ਦੋ ਜੇ ਆਪਾਂ ਪੀਟਰ ਤੇ ਚਲਾ ਆਏ ਆ ਤੇ ਬਾਕੀ ਠਹਿਰ ਕੇ ਫੇਰਾ ਮਾਰਨੇ ਆ ਜਾ ਕੇ ਲੰਗਰ ਸ਼ੰਗਰ ਛਕੀਏ ਤੇ ਕਿਤੇ ਹੋਰ ਉਹਦੇ ਦੇ ਮੱਥੇ ਲੱਗੀ ਹੈ ਨਵੀਂ ਮੋਟਰਸਾਈਕਲ ਹੁੰਦੀ ਹੈ ਚੌਕੀ ਨਾ ਲਈਏ ਲੋ ਜੀ ਆ ਗੰਨਾ ਸਾਡੇ ਇੱਥੇ ਕਮਾਦ ਕਮਾਦ ਸਾਡੇ ਤਾਂ ਡੰਗਰਾਂ ਨੂੰ ਪਾਉਂਦੇ ਮਿੱਲਾਂ 'ਚ ਨਹੀਂ ਖੜਦੇ ਆ ਕਿਉਂਕਿ ਡੰਗਰ ਬੇਸਾਬ ਲੋਕਾਂ ਕੋਲ ਪਿੰਡਾਂ ਵਾਲੇ ਵੀ ਡੰਗਰ ਹੀ ਨੇ ਹਾਂ ਕੋਈ ਲਾਉਂਦੇ ਥੋੜ੍ਹਾ ਨੇ ਵਾਲੇਕੁਮ ਸਲਾਮ ਕੀ ਹਾਲ ਏ ਠੀਕ ਠਾਕ ਏ ਲਾਲਾ ਹੋਰ ਸਭ ਖੈਰ ਕਿਹੜਾ ਆਇਆ ਸੀ ਉਹ ਪਰੋਂ ਮੂਸੇ ਵਾਲੇ ਮਕਬੂਲ ਦੇ ਕੇ ਗਿਆ ਤੇ ਰੱਬੇ ਨੂੰ ਕਿਦਨ ਅੱਛਾ 3-4 ਦਿਨ ਹੋ ਗਏ ਨੇ ਅੱਛਾ ਤੇ ਉਹਦਾ ਪਤਾ ਚੱਲਿਆ ਜੀ ਉਹ ਕਹਿੰਦਾ ਮੈਂ ਕੰਮ ਹੀ ਨਹੀਂ ਕਰਨਾ ਮੈਂ ਕਿਹਾ ਬਾੜ ਫੁੱਦੀ ਮਾਰ ਆਹੋ ਤੈਨੂੰ ਆਖੇ ਬੰਦਾ ਦੱਸ ਕੇ ਬੰਦਾ ਮੈਂ ਕਿਹਾ ਯਾਰ ਬੱਚਾ ਨਾ ਕੰਮ ਕਰ ਕਰਕੇ ਥੱਕ ਜਾਂਦਾ ਚਲੋ ਨਾਲ ਕੋਈ ਆਸਰਾ ਹੋ ਜਾਵੇ ਆਹੋ ਹੈ ਤੇ ਚਲੋ ਸਾਈ ਸੂਈ ਨਿਕਲਦੀ ਰਹੇਗੀ ਉਹ ਭੈਣ ਚੋਂ ਜਵਾਬ ਦੇ ਗਿਆ ਓਏ ਉਹ ਮੈਂ ਤੇ ਆਖਿਆ ਮੈਂ ਕਿ ਬੰਦਾ ਬੁੰਦਾ ਲੱਭ ਜੇ ਨਾਲੇ ਮੁਕਾਮ ਕਿਉਂ ਪਲਸਟਰ ਕਰਾਉਂਦੇ ਹਾਂ ਅੱਛਾ ਉੱਥੇ ਭਾਈ ਦੌਰ ਹੁੰਦੀ ਜੇ ਤਾਂ ਕਰਕੇ ਬੰਦਾ ਲੱਭ ਜੇ ਤੇ ਕਿੰਨਾ ਸੌਖਾ ਰਹਿੰਦਾ ਜ਼ਰਾ ਉਹਦੇ ਪਾ ਜਾਉਣ ਦੇ 5000 ਤੇ ਸੌਖਾ ਕਿਹੜਾ ਸਾਲਾ ਮੇਰਾ ਆ ਜਿਹੜਾ ਇੱਥੇ ਕੰਮ ਨਹੀਂ ਸੀ ਕਰਦਾ ਲੰਬੜਾ ਕੋਲ ਆਹਵਾ ਉਹ ਇੱਥੇ ਆਉਣ ਲੱਗਾ ਤੇਰੇ ਕੋਈ ਕਿਹਨਾ ਕੋ ਕਿਹਨਾ ਕੋ ਜਿਹੜਾ ਮੁੰਡਾ ਹੀ ਲੰਬਾ ਆਪਣੇ ਮਾਰੇ ਤੇਰਾ ਆ ਉਹ ਚਲਾ ਗਿਆ ਕਿੱਥੇ ਆਪਣੇ ਭਾਈ ਹਰੀ ਨੇ ਵੇਖੋ ਸਵੇਰ ਦੇ ਲੱਗੇ ਪੱਠੇ ਵੱਢਣ ਕਿਦੋਂ ਕਿਤੇ ਆਏ ਹੋ 6 ਵਜੇ ਦਿਆ ਤੇ ਵੇਖੋ ਭੈਣ ਚ 70 ਪਾ ਰਹੇ ਨੇ ਇਹ ਦਾਤਰ ਭਾਈ ਨੇ ਲਾਉਂਦਾ ਚੱਲ ਵੀ ਗਈ ਆ ਆਹੋ ਵੀਡੀਓ ਚਲਾ ਬਣਨ ਡਈ ਕੇ ਅੱਛਾ ਵੀਡੀਓ ਬਣਨ ਡਈ ਆ ਵੀਡੀਓ ਕਾਲ ਚੱਲ ਰਹੀ ਹੈ ਆ ਵੀਡੀਓ ਬਣਨ ਡਈ ਸਹੀ ਹੈ ਤੇ ਆਪਣਾ ਕਿੱਥੋਂ ਦੇ ਭਾਜੀ ਕਿੰਨਾ ਕੁ ਅਰਸਾ ਹੋ ਗਿਆ ਤੁਹਾਨੂੰ ਅਰਸਾ ਇਹਨਾਂ ਕੋਲ ਬੜਾ ਹੋ ਗਿਆ ਅੱਛਾ ਕੀ ਠੀਕ ਹੈ ਕੰਮ
ਕੰਮ ਠੀਕ ਹੈ ਕੰਮ ਤੇ ਤੋਨੇ ਲਾਈ ਜਾ ਕਿੰਨੇ ਕੁ ਡੰਗਰ ਕਿੰਨੇ ਕੁ ਡੰਗਰ ਨੇ ਡੰਗਰ ਐਣ ਕੋ 35 40 ਅੱਛਾ ਇਕੱਲਾ ਹੀ ਕੰਮ ਪਾਈ ਜਾਂਦੇ ਇਕੱਲਾ ਹੀ ਆ ਵਿਆਹ ਕਮਾਲ ਸਾਰਾ ਹੀ ਵੱਡ ਵੱਡ ਪਾਈ ਜਾਂਦਾ ਲਾਲਾ ਕਰਾਂ ਹਾਂਜੀ ਸਹੀ ਹੈ ਹੋਰ ਇੱਕ ਇਹਨਾਂ ਦਾ ਭਾਈ ਹੈ ਮਕਬੂਲ ਸਾਹਿਬ ਉਹ ਪੜਲੇ ਪਿੰਡ ਨੇ ਇੰਟਰਵਿਊ ਲਿਆ ਬਹੁਤ ਅੱਛਾ ਠੀਕ ਹੈ ਮਿਹਰਬਾਨੀ ਜਨਾਬ ਲੋ ਜੀ।